हेलो अस्सलाम वालेकुम जी। वालेकुम सलाम जी। सज्जाद साहब गल कर रहे हो? हाँ जी सज्जाद साहब, राणा इजाज गल कर रहे हैं। अच्छा करो जी। भाई जान फैसलाबाद तों गल कर रहे हैं। करी जाओ जनाब करो। भाई जान गल ये आ के एक कफन सोना है जी। कफन? जी जी। तुसी दर्जियां दा काम करदे ना जी? हाँ जी, लेकिन मैं कफन कुफन नहीं सीना पाए। नहीं ओ दे ते ए है जी, ओ जिहड़ा बंदा आ ओ इत्थे इस टाइम ना दर्जी कोई नहीं सी नेड़े लब्भण डिया। असी असल च ना बैठे आ बहुत दूर। ठीक है। एक फैक्ट्री आ। अच्छा जी। ओ च कम करन डए आ ते इत्थे एक फौतगी हो गई है, तो दोस्त सी उन्होंने तुहाडा नंबर तां कहिंदे दर्जियां दा काम करदे आ, ते उन्होंने मैनूं इह वी दस्सिया कि जिहड़े साडे बंदे फौत होए ने ना जी, ओ कद काट च हैगे आ तुहाडे जिहड़े। ते तुसी इदां करो, ओ सी के ना ते जी पा के अच्छे तरीके नाल यार दोस्त नूं कहियो तस्वीर एक खिंच के ना सानूं व्हाट्सएप करो, पहले देखिए के वो साइज ठीक है। ते रूं लै लेना जरा नक ते ने। अच्छा जी माशाल्लाह अल्लाह तुहाडी खैर जिंदगी करे। मैं सूट सीना, पेंट कोट सीना, कफन मैं भाजी कदी ना सीता ना, मैनूं तजर्बा। दूसरी गल है, अगर तुहानूं मजबूरी है कि भी वाकई सुनाउणा ही आ, हां जी मैं सी देंगा, लेकिन अगो जिहड़ी तुसीं मैनूं हरकत दस रहे जे ना कि मैं पा के तुहानूं व्हाट्सएप तस्वीर करां पसंद करावां। ਨਹੀਂ ਭਾਜੀ ਨਾ ਉਹ ਨੱਕ ਚ ਨੂੰ ਵੀ। ਹਾਂਜੀ ਨੱਕ ਚ ਨੂੰ ਵੀ ਦਵਾਂ, ਤੇ ਜਿਹੜਾ ਮੁਸ਼ਕਪੂਰ ਭਾਜੀ ਜਰਾ ਉਹ ਵੀ ਲਾ ਲਵਾਂ। ਹਾਂਜੀ ਤੇ ਭਾਜੀ ਫਿਰ ਕਬਰ ਚ ਵੀ ਮੈਂ ਹੀ ਪੈ ਜਾਂਗਾ, ਐਵੇਂ ਇੰਨੀ ਕੁ ਤਕਲੀਫ ਵਾਸਤੇ ਤੁਸੀਂ ਆਪਣੇ ਮੁਰਦੇ ਨੂੰ ਅਜ਼ੀਅਤ ਦੇਣੀ, ਪਿੱਛੇ ਰਹਿ ਕੇ ਜਾਣਾ ਭਾਜੀ। ਨਹੀਂ ਭਾਜੀ ਨੂੰ ਤੁਸੀਂ ਬੰਦਾ ਆ ਜਾਏਗਾ ਤੁਹਾਡੇ ਕੋਲ ਲੈਣ, ਉਹ ਅਸੀਂ ਉਹਨੂੰ ਚਾੜ ਦਿੰਦੇ ਇੱਥੋਂ ਹੁਣੇ ਬੱਸ ਤੇ। ਤੁਸੀਂ ਸੀ ਕੇ ਨਾ ਦਵਾ ਦਵ ਤਸਵੀਰ ਸਾਨੂੰ ਵਟਸਐਪ ਕਰੋ ਇੱਕ ਭਾਜੀ। ਨਹੀਂ ਭਾਜੀ ਜਿਹੜਾ ਬੰਦਾ ਤੁਸੀਂ ਚਾੜਨਾ ਨਾ ਬੱਸ ਤੇ, ਹਾਂਜੀ ਉਹਨੂੰ ਪਹੁੰਚ ਲੈਣ ਦਿਓ ਰਸਤੇ ਚ, ਉਹ ਵੀ ਨਾ ਐਕਸੀਡੈਂਟ ਨਾ ਮਰ ਜਾਏ, ਫਿਰ ਦੋ ਮੈਂ ਇਕੱਠੇ ਸੀ ਲਾਂਗਾ ਜੇ ਏਦਾਂ ਦਾ ਕੁਝ ਹੋ ਗਿਆ। ਭਾਈ ਕੱਪੜਾ ਤੁਹਾਡਾ ਕੱਪੜਾ ਤੁਸੀਂ ਲੈ ਲੈਣਾ, ਕੱਪੜੇ ਤੇ ਅਸੀਂ ਪੈਸੇ ਦੇ ਦਿਆਂਗੇ। ਭਾਜਨ ਮੈਂ ਸਮਝ ਗਿਆ, ਸਿਰਫ ਲਾਸ਼ ਤੁਹਾਡੀ ਹੈ ਬਸ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਲਾਸ਼ ਤੁਹਾਡੀ ਤੇ ਬਾਕੀ ਸਾਰਾ ਕੁਝ ਮੇਰਾ। ਤੁਸੀਂ ਭਾਜਨ ਏਦਾਂ ਕਰੋ, ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਈਜ਼ੀ ਪੈਸਾ ਕਰਾਉਣਾ ਇੱਥੋਂ 1000 ਰੁਪਿਆ, ਮੈਂ ਆਪਣੇ ਭਰਾ ਲਈ ਆਸਾਨੀ ਪੈਦਾ ਕਰ ਦਿੰਦਾ ਨਾ। ਹਾਂਜੀ ਮੈਂ ਕਫਨ ਸੀਨਾ ਪਾ ਕੇ ਮੋਟਰਸਾਈਕਲ ਦੇ ਭਰਾ ਦੇ ਕੋਲ ਆ ਜਾਂਦਾ। ਹਾਂ ਪੈਟਰੋਲ ਦੇ ਪੈਸੇ ਤੁਸੀਂ ਸਾਡੇ ਕੋਲ ਲੈਣੇ ਆ। ਹਾਂਜੀ ਸ਼ੇਖੂਪੁਰਾ ਰੋਡ ਤੇ ਨਾ ਤੁਸੀਂ ਫੈਸਲਾਬਾਦ ਜਿਲ੍ਹੇ ਉਧਰੋਂ ਆਉਣਾ ਨਾ ਜੀ। ਹਾਂਜੀ ਜਿਲ੍ਹੇ ਖੋੜਿਆਂ ਦਾ ਲੰਘ ਜਾਣਾ ਅੱਗੇ ਤੁਸੀਂ। ਹਾਂਜੀ ਅੱਗੇ ਆ ਕੇ ਤੁਸੀਂ ਮੈਨੂੰ ਫੋਨ ਕਰਨਾ। ਤੇ ਪਾਇਲਰ ਰਸਤੇ ਦੇ ਵਿੱਚ ਪਤਾ ਕੀ ਸਾਡੇ ਪੇਂਡੂ ਜੇ ਲੋਕ ਨੇ, ਹਾਂਜੀ ਉਹ ਮੈਨੂੰ ਕਫਨ ਚ ਦੇਖਣ ਲੈ ਕੇ ਖਾ ਪਾ ਦੇਣਗੇ, ਪਤਾ ਨੀ ਕਿਹਦੀ ਲਾਸ਼ ਖੁੱਲ ਗਈ। ਭੈਣ ਤੁਸੀਂ ਉੱਤੋਂ ਵਾਸਕਟ ਪਾ ਲੈਣਾ ਕਫਨ ਦੇ ਉੱਤੋਂ। ਹਾਂ ਵੇਖਿਆ ਨਾ, ਹੁਣ ਇਹੀ ਫਿਰ ਤੇ ਸਾਫਾ ਬੰਨ ਲੈਣਾ ਅੱਛੇ ਤਰੀਕੇ ਨਾਲ। ਇਹੀ ਮੈਂ ਗੱਲ ਕੀਤੀ ਸੀ ਭੈਣ ਕਿ ਅਰਬੀ ਦਾ ਅਰਬੀ ਤੇ ਲਾਸ਼ ਦੀ ਲਾਸ਼, ਜਿੱਥੇ ਖਤਰਾ ਮਹਿਸੂਸ ਹੋਵੇ ਅਰਬੀ ਬੋਲਣੀ ਸ਼ੁਰੂ ਕਰ ਦਿਓ, ਤੇ ਜਿੱਥੇ ਦੇਖੋ ਗਾਹਕ ਆ ਉੱਥੇ ਕਹਿ ਦਿਓ ਕਿ ਭਾਜੀ ਆ ਕਫਨ। ਉਹ ਯਾਰ ਮੇਰੀ ਗੱਲ ਸੁਣ ਲਾ, ਇਸ ਟਾਈਮ ਸਾਨੂੰ ਬੰਦਾ ਕੋਈ ਨੀ ਲੱਭਣਾ, ਤੇ ਮੈਂ ਮੁੰਡੇ ਨੂੰ ਭੇਜਦਾ ਵੈਗਨ ਲੈਣ, ਉਹ ਵੈਗਨ ਲੈ ਕੇ ਆਉਂਦਾ ਤੇ ਅਸੀਂ ਲਾਸ਼ ਲੈ ਕੇ ਤੇਰੇ ਨਾਲ ਆ ਰਹੇ ਆ ਘਰ, ਤੇ ਪੱਕਾ ਹੈ ਕੀ ਆ ਫਰਸ਼? ਨਹੀਂ ਨਹੀਂ ਮਤਲਬ ਹਾਂਡੀ ਕੀ ਪੱਕੀ ਹੈ? ਹਾਂਡੀ ਆਹੀ ਲੈ ਆ ਪਕਾ ਲੈਨੇ ਆ। ਮੈਂ ਨਾ ਲਾਸ਼ ਲੈ ਕੇ ਆ ਰਿਹਾ ਤੁਹਾਡੇ ਕੋਲ ਤੁਹਾਡੇ ਘਰ, 2 ਘੰਟੇ ਇੱਥੇ ਬਵਾਂਗੇ ਤੇ ਰੋਟੀ ਕੋਈ ਚੰਗੀ ਜਿਹੀ ਪਕਾ ਲਓ, ਤੇ ਸਮਾ ਕੇ ਨਾ ਇੱਥੋਂ ਮਤਲਬ ਕਿ ਵੈਲ ਡਰੈਸ ਕਰਕੇ ਲੈ ਕੇ ਆਵਾਂਗੇ। ਤਾਬੇਦਾਰ ਭਰਾਵਾ ਕਿੰਨੇ ਬੰਦਿਆਂ ਨੇ ਆਉਣਾ? 4 ਬੰਦਿਆਂ ਨੇ। ਲਾਸ਼ ਪਾ ਕੇ ਕੱਢ ਕੇ? ਨਹੀਂ ਨਹੀਂ ਉਹਦੇ ਸਮੇਤ 4 ਬੰਦੇ। ਅੱਛਾ 2-2 ਰੋਟੀਆਂ ਤੁਹਾਡੀਆਂ ਤੇ ਲਾਸ਼ ਦੀਆਂ ਕਿੰਨੀਆਂ? ਨਹੀਂ ਨਹੀਂ ਉਹਦੀਆਂ ਚੁੱਕੀਆਂ ਗਿਆ ਰਿਜ਼ਕ ਉਹਦਾ। ਅੱਛਾ ਉਹਦੇ ਸਦੀਆਂ ਵੀ ਤੂੰ ਖਾ ਲਈ ਮਰੇ, ਜਿੱਦਾਂ ਤੈਨੂੰ ਪਿਆਰ ਆ ਜਿੱਡੀ ਤੂੰ ਨਾਲ ਰੱਖੀ ਹੈ। ਇਹ ਕੋ ਮਰ ਜਾਵੇ ਨਾ ਧੀ ਪੁੱਤ ਕੋ ਪਿਓ ਭਰਾ ਤੇ ਦਫਨਾਈ ਦਾ ਹੁੰਦਾ, ਤੂੰ ਨਾਲ ਬੰਨ ਲਿਆ ਆਪਣੇ। ਲੈ ਕੇ ਆ ਰਿਹਾ ਜੀ, ਮੈਂ ਲੈ ਕੇ ਆ ਰਿਹਾ ਬਸ 2 ਘੰਟੇ ਤੁਹਾਡੇ ਕੋਲ। ਮੇਰੇ ਵੱਲ ਲੈ ਕੇ ਆਈ ਉਹ ਲਾਸ਼, ਉਹ ਤੈਨੂੰ ਦਫਾ ਹੋ ਕੇ ਕਿੱਥੋਂ ਆ ਗਿਆ ਤੂੰ? ਲੈ ਮੈਂ ਲਾਸ਼ ਲੈ ਕੇ ਤੇਰੇ ਵੱਲ ਆ ਰਿਹਾ, ਏਡਾ ਤੂੰ ਬਸ ਮੈਂ ਮਠਿਆਈ ਦਾ ਡੱਬਾ ਨਾ ਜਿਹੜਾ ਲੈ ਕੇ ਆ ਰਿਹਾ ਮੇਰੇ ਵੱਲ ਸ਼ਗਿਰਦੀ ਕਰਨ ਲਈ। ਬਸ ਅਸੀਂ 2-2.5 ਘੰਟੇ ਚ ਪਹੁੰਚ ਰਹੇ ਤੁਹਾਡੇ ਕੋਲ। ਗੱਡੀ ਖਾਊਗਾ ਨਾ ਦੁਕਾਨ ਆਪਣੀ? ਨਹੀਂ ਕਿੱਥੇ ਆ? ਇੱਥੋਂ ਮੈਂ ਛੱਡ ਦਿੱਤੀ ਆ, ਘੰਟਾ ਕੋ ਆ ਮੈਂ ਸਕਦੂ ਚਲਾ ਗਿਆ। ਬਸ ਭਾਣਾ ਜੀ ਨਾ ਲਵੋ ਇਹ ਲਾਸ਼ ਇਹ ਤੇ ਦਫਨਾਓ, ਤੁਹਾਡੀ ਮਿਹਰਬਾਨੀ ਆ, ਦਫਾ ਦੂਰ ਹੋ ਜਾਓ। ਖਬਰਦਾਰ ਮੇਰੇ ਕੋਲ ਲਾਸ਼ ਲੈ ਕੇ ਆਏ ਤੇ ਆ ਰਹੇ ਭਾਣਾ ਆ ਰਹੇ, ਆਓ ਆਓ ਦਫਾ ਆਵੋ, ਮੈਂ ਲੱਭਣਾ ਹੀ ਨਹੀਂ ਬੇਟੇ। ਮੈਂ ਦਰਦੀਆਂ ਦਾ ਕੰਮ ਹੀ ਨਹੀਂ ਕਰਦਾ, ਮੈਂ ਸਕੂਲ ਟੀਚਰ ਆ, ਮੈਂ ਬੱਚਿਆਂ ਨੂੰ ਪੜ੍ਹਾਉਣਾ, ਰਾਤ 10 ਵਜੇ ਮੈਂ ਚੱਲਾਂ ਸਕੂਲ, ਐਮਰਜੈਂਸੀ ਕਲਾਸ ਲੈਣੀ ਮੈਂ, ਐਡੀ ਲਾਸ਼ ਬਸ ਭਾਏ ਪਹੁੰਚੇ ਤੁਹਾਡੇ ਕੋਲ ਭਾਜਨ ਸੀ। ਓਏ ਮੇਰੇ ਵੱਲ ਆਈ ਓਏ, ਮੈਂ ਤੈਨੂੰ ਦੱਸਦਾ ਮੈਂ ਤੇਰੇ ਮੁੱਕੀਆਂ ਮਾਰਾਂਗਾ, ਮੈਂ ਮਹੱਲੇ ਦੇ ਕੁੱਤੇ ਪਵਾ ਦੇਣੇ ਤੈਨੂੰ, ਤੇ ਤੁਸੀਂ ਤਾਂ ਨੱਸ ਜਾਣਾ, ਤੁਹਾਡੀ ਲਾਸ਼ ਕੋਈ ਦੌੜਿਆ ਜਾਣਾ, ਲੀਰੋ ਲੀਰ ਕਰ ਦੇਣੀ ਹੈ ਕੁੱਤਿਆਂ ਨੇ। ਆਏ ਆਏ ਏਡਾ ਚਾਹ ਤੈਨੂੰ ਲਾਸ਼ ਨਾਲ ਟਰੈਵਲਿੰਗ ਕਰਨ ਦਾ?
ਦੁੱਧ ਪੱਤੀ ਮੰਗਾ ਕੇ ਰੱਖ ਲੈਣਾ ਤੇਰਾ ਹਾਂਜੀ ਠੰਡ ਚ ਆਉਣਾ ਅਸੀਂ ਬੇਟੇ ਮੈਂ ਕੁੱਤ ਪੱਤੀ ਮੰਗਾ ਕੇ ਰੱਖਾਂਗਾ ਮੇਰੇ ਕੋਲ 36 ਸੈਂਸੀ ਕੁੱਤੇ ਨੇ ਬਾਹਰ ਤੂੰ ਆਹ ਲੈਸ ਲੈ ਕੇ ਤੂੰ ਮੇਰੇ ਪਿੰਡ ਤੂੰ ਤੇ ਮੇਰੇ ਇਲਾਕੇ ਚ ਵੜਨਾ ਵੇਖੀ ਤੇਰਾ ਹਾਲ ਕੀ ਹੁੰਦਾ ਤੁਸੀਂ ਨਾਲ ਪਾਣੀ ਬਿਸਕੁਟ ਮੰਗਾ ਲੈਣਾ ਸੁਪਰ ਦੇ ਥੋੜੀ ਚਿਪਸ ਨਾਲ ਕਢਾ ਲੈਣਾ ਤੇਰਾ ਗਰਮ ਗਰਮ ਓਏ ਓਏ ਫੋਨ ਬੰਦ ਕਰ ਦਿਓ ਗਰਮ ਗਰਮ ਚਿਪਸ ਮੈਂ ਆਪਣੀ ਘਰ ਵਾਲੀ ਚਿਪਸ ਤੇ ਲੰਮੇ ਪਾ ਕੇ ਕੁੱਟਣਾ ਤੈਨੂੰ ਚਿਪਸ ਕਢਾ ਲੈਣਾ ਲਾਸ਼ ਆ ਰਹੀ ਹੈ ਮਰੇ ਚ ਮਤਲਬ ਰਿਸ਼ਤਾ ਦੇਖਣ ਆ ਰਹੇ ਕਿਤੇ ਜੇ ਦਿਖਾਉਣ ਆ ਰਹੇ ਲਾਸ਼ ਵਾਸਤੇ ਮੈਂ ਚਿਪਸ ਮੰਗਾ ਲਵਾਂ ਲਾਸ਼ ਵਾਸਤੇ ਮੈਂ ਬਿਸਕੁਟ ਮੰਗਾ ਲਵਾਂ ਮਿੰਟ ਲੱਗਦਾ ਬੇਟੇ ਤੁਸੀਂ ਲਾਸ਼ ਜਾਣ ਕੇ ਇੱਥੇ ਤੋਂ ਕੋਲ ਰੱਖੀ ਲੋਕਾਂ ਦੇ ਘਰੋਂ ਖਾਣ ਪੀਣ ਜਿੱਧਰ ਮਰਜ਼ੀ ਲਾਸ਼ ਚੁੱਕ ਕੇ ਲੈ ਜਾਂਦੇ ਰਵੈਣ ਪਾ ਕੇ ਉਹ ਤਾਂ 800-900 ਦਿਹਾੜੀ ਲਾ ਕੇ ਵਾਪਸ ਆ ਜਾਂਦੇ ਜੀ ਇਹ ਲਾਸ਼ ਨੂੰ ਵੀ ਮੇਰਾ ਹੱਥ ਚਾਰ ਚਪੇੜਾਂ ਪੈਣੀਆਂ ਨੇ ਉੱਟ ਪੈਣਾ ਆਏ ਭਾਵੇਂ ਨਾ ਆਏ 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 ਬਸ ਤੁਸੀਂ ਨਾ ਇੱਥੇ ਹੀ ਰਹਿਣਾ ਤੇ ਆਏ ਕੋਲੇ ਮੰਗਾ ਲੈਣਾ ਅੱਧਾ ਕਿਲੋ ਤੇਰਾ ਕੀ ਜੀ ਕੋਲੇ ਕੋਲੇ ਸੇਕਾਂਗੇ ਰਾਤ ਨੂੰ ਮੈਂ ਕੋਲੇ ਕੋਲੇ ਕਰਕੇ ਨਾ ਕੋਲੇ ਮਾਰਨੇ ਮੂੰਹ ਤੇ ਸਮਝ ਆਈ ਇਹ ਤੈਨੂੰ ਨੰਬਰ ਦਿੱਤਾ ਕਿੰਨੇ ਮੇਰਾ ਓਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇ ਤੇ ਪੁੱਤਰ ਗੱਲ ਹੈਗੀ ਨਾ ਸੱਚੀ ਮੁੱਚੀ ਕੇ ਲਾਸ਼ ਆ ਤੇ ਸ਼ੁਗਲ ਨਾ ਕਰ ਇਹਨੂੰ ਦਫਨਾ ਨਹੀਂ ਨਹੀਂ ਭਾਈ ਆ ਰਹੇ ਲੈ ਕੇ ਤੁਹਾਡੇ ਕੋਲ ਆ ਰਹੇ ਭਾਈ ਨਾ ਓ ਯਾਰ ਮੇਰੇ ਕੋ ਤੁਸੀਂ ਕਿੱਦਾਂ ਲਾਸ਼ ਮੈਂ ਕੀ ਕਰਨੀ ਲਾਸ਼ ਨੂੰ ਭਾਈ ਤੁਸੀਂ ਹਾਲਾਤ ਦੇ ਕੇ ਦੱਸਣ ਯਾਰ ਚੈੱਕ ਕਰ ਲੈਣਾ ਨਾ ਸਿਆਣੇ ਅਸੀਂ ਚੈੱਕ ਕਰ ਲੈਣਾ ਜਿਹੜਾ ਮਰ ਗਿਆ ਕਿਹੜਾ ਮੋਟਰਸਾਈਕਲ ਡਿੱਗੀ ਪਈ ਕਿਤੇ ਸਟਾਰਟ ਨਹੀਂ ਹੁੰਦੀ ਵੀ ਜਿਹਦਾ ਮੈਂ ਪਲੱਗ ਬਦਲ ਕੇ ਇਹਨੂੰ ਮੈਂ ਦੁਬਾਰਾ ਸਟਾਰਟ ਕਰ ਲੈਣਾ ਅੱਲਾ ਮਾਫੀ ਦੇ ਕਿੱਦਾਂ ਦੀਆਂ ਮਨਹੂਸ ਗੱਲਾਂ ਕਰ ਲਿਆ ਮਨਹੂਸ ਮੂੰਹ ਆ ਲਿਆ ਕਿੱਥੋਂ ਤੂੰ ਮੈਨੂੰ ਫੋਨ ਕਰ ਲਿਆ ਖਬਰਦਾਰ ਦੁਬਾਰਾ ਮੈਨੂੰ ਫੋਨ ਕੀਤਾ ਮੈਨੂੰ ਕਿਸੇ ਹੋਰ ਕੰਮ ਕਰਨ ਦੇ ਤੂੰ ਜਾ ਕੇ ਹੋਰ ਦਰਜੀ ਲੱਭ ਬਸ ਆਏ ਭੈਣ ਆਏ ਇਨਸ਼ਾਅੱਲਾ 2-2.5 ਘੰਟੇ ਸਾਡੇ ਕੋਲ ਬਈ ਸਹੀ ਕਿਸੇ ਢੀਟ ਖਾਨਦਾਨ ਦਾ ਬੱਚਾ ਬਈ ਤੂੰ ਇਹ ਪੁਲ ਉਤਰਦੇ ਭੈਣ ਖੱਬੇ ਹੱਥ ਨਾ ਆ ਪੁਲ ਦੇ ਦਹੀਂ ਭੱਲੇ ਵਾਲਾ ਹੁੰਦਾ ਦਹੀਂ ਭੱਲੇ ਵਾਲਾ ਜਿੱਥੇ ਪੁਲ ਦੇ ਬਿਲਕੁਲ ਦਰਮਿਆਨ ਚੋਂ ਖੱਬੇ ਹੱਥ ਉਤਰ ਜਾਣਾ ਥੱਲੇ ਇਨਸ਼ਾਅੱਲਾ ਤੁਸੀਂ ਇੱਕ ਲੈ ਕੇ ਆਉਣੀ ਆ ਫਿਰ ਬੰਦਿਆਂ ਨੇ ਚਾਰ ਵਾਪਸ ਭੇਜਣੀਆਂ ਤੁਹਾਡੇ ਪਿੰਡ ਇੱਕ ਨਾ ਇੱਕ ਫ੍ਰੀ ਹੁੰਦੀ ਆ ਉਹਨਾਂ ਨੂੰ ਇੱਕ ਨਾ ਤਿੰਨ ਫ੍ਰੀ ਮਿਲਣੀਆਂ ਤੁਹਾਡੇ ਪਿੰਡ ਵਾਲੇ ਨੂੰ ਟੈਨਸ਼ਨ ਨਾ ਲੈ ਤੂੰ ਆਏ ਭੈਣ ਆਏ ਇਨਸ਼ਾਅੱਲਾ ਆਏ ਆਏ ਭੈਣ ਆ ਜਾਓ ਇਹਨੂੰ ਘਰ ਹੀ ਛੱਡ ਕੇ ਆਉਣਾ ਨਹੀਂ ਨਹੀਂ ਯਾਰ ਨਹੀਂ ਨਹੀਂ ਲਾਸ਼ ਨੂੰ ਘਰ ਛੱਡ ਆਉਣਾ ਪਿੱਛੇ ਘਰ ਵੀ ਕੋਈ ਹੋਣਾ ਚਾਹੀਦਾ ਭਾਜੀ ਚੋਰੀ ਚੋਰੀ ਹੋ ਜੇ ਕੋਈ ਬੰਦਾ ਆਵੇ ਚਲੋ ਅੱਖਾਂ ਬੰਦ ਹੋਣੀਆਂ ਉਹਨੂੰ ਇਹ ਲੱਗੂਗਾ ਵੀ ਪਤਾ ਨੀ ਸੁੱਤਾ ਬੰਦਾ ਯਾਰ ਚਲੋ ਕੋਈ ਘਰ ਦੀ ਰਖਵਾਲੀ ਵਾਸਤੇ ਵੀ ਹੋਣ ਗਏ ਤਾਂ ਇਹਨੂੰ ਛੱਡ ਆਉਣਾ ਤੁਸੀਂ ਆ ਜਾਣਾ ਮੈਂ ਤੁਹਾਡੇ ਚੋਂ ਇੱਕ ਦੀ ਲਾਸ਼ ਕਰ ਲਾਂਗਾ ਜੀ ਬਸ ਪਹੁੰਚੇ ਭੈਣ ਪਹੁੰਚੇ ਇਨਸ਼ਾਅੱਲਾ ਆ ਪਹੁੰਚੋ ਮੈਂ ਵੀ ਅੱਗੇ ਪਹੁੰਚਣ ਲੱਗਾ ਕਿਤੇ ਆਏ ਭੈਣ ਆਏ ਭੈਣ ਆ ਜਾਓ ਆ ਜਾਓ ਆ ਜਾਓ ਸਾਬਸ ਆ ਜਾਓ ਪੁੱਤ ਆ ਜਾਓ